ਉਧਰ ਵਿਰੋਧ ਦੇ ਹੰਗਾਮੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਸੀ ਕਿ ਵਿਰੋਧ ਸਦਨ ਦੀ ਕਾਰਵਾਈ ਨਹੀਂ ਹੁੰਦੀ ਰਿਹਾ। ਉਹਨਾਂ ਦਾ ਕਹਿਣਾ ਸੀ ਕਿ ਜੇਕਰ ਵਿਰੋਧ ਸਦਨ ਦੀ ਮਰਿਆਦਾ ਭੰਗ ਕਰੇਗਾ ਤਾਂ ਸਪੀਕਰ ਵੱਲੋਂ ਉਹਨਾਂ ਖਿਲਾਫ ਕੀਤੀ ਕਾਰਵਾਈ ਜਾਇਜ਼ ਹੈ। ਅਨਫੋਰਚੂਨੇਟਲੀ ਇਹ ਦੋਨੋਂ ਪਾਰਟੀਆਂ ਹੈ, ਆਮ ਆਦਮੀ ਕੋ ਤੋ ਕੁਛ ਮਰਿਆਦਾ ਕਾ ਪਤਾ ਨਹੀਂ, ਪਹਿਲੀ ਵਾਰ ਆਏ ਹੈ। ਅਕਾਲੀ ਦਲ ਕੋ ਤੋ ਪਤਾ ਹੈ ਕਿ ਕੁਐਸਚਨ ਆਰ ਹੋਤੀ ਹੈ, ਕੁਐਸਚਨ ਆਰ ਕੇ ਬਾਅਦ ਜੋ ਹੰਗਾਮਾ ਕਰਨਾ ਹੈ ਉਹ ਕਰਨੇ ਆਪਣੇ ਜ਼ੀਰੋ ਆਰ ਮੇ, ਲੇਕਿਨ ਇਹ ਤੋ ਕੁਐਸਚਨ ਆਰ ਵੀ ਨਹੀਂ ਹੋਣੇ ਦੇਤੇ। ਅਗਰ ਉਹ ਡਿਸਿਪਲਿਨ ਤੋੜੇਂਗੇ, ਅਗਰ ਉਹ ਉਠਾ ਕੇ ਫਾਈਲੇ ਮਾਰੇਂਗੇ ਸਪੀਕਰ ਪੇ, ਤੋ ਦੇ ਆਰ ਰਾਈਟ ਟੂ ਬੀ ਐਕਸਪੈਲਡ ਐਂਡ ਦੇ ਹੈਵ ਟੂ ਬੀ ਐਕਸਪੈਲਡ। ਸਾਰਿਆਂ ਦੀ ਪੱਗਾਂ ਬੰਨੀਆਂ ਹੋਈਆਂ ਸੀ, ਕੋਈ ਉਧਾਰੀ ਲੈ ਕੇ